ਸਾਰਿਆਂ ਨੂੰ ਤੇ ਇੱਕ ਵਾਰ ਮੈਂ ਜੁੜ ਗਿਆ ਫਿਰ ਇਮੀਗ੍ਰੇਸ਼ਨ ਟੋਪਿਕ ਨਵੇਂ ਤੋਂ ਨਵੇਂ ਟੋਪਿਕ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲਾ ਕੇ ਡਿਸਕਸ ਕਰੀਏ। ਮੇਰੇ ਨਾਲ ਜੁੜੇ ਹੋਏ ਹੈ ਸਰਦਾਰ ਅਮਨਦੀਪ ਸਿੰਘ ਕੈਲੀਫੋਰਨੀਆ ਤੋਂ। ਅਮਨਦੀਪ ਸਿੰਘ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਅਮਨਜੋਤ, ਕੀ ਹਾਲ ਚਾਲ ਹੈ? ਥੈਂਕ ਯੂ ਵੈਰੀ ਮੱਚ, ਵੈਰੀ ਗੁੱਡ। ਜਿਨ੍ਹਾਂ ਨੂੰ ਨਹੀਂ ਪਤਾ ਅਮਨਦੀਪ ਦੇ ਬਾਰੇ, ਕੈਲੀਫੋਰਨੀਆ ਨੌਰਦਰਨ ਕੈਲੀਫੋਰਨੀਆ ਏਰੀਆ ਵਿੱਚ ਜਿਨ੍ਹਾਂ ਦੀ ਕੋਈ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਕਿਸੇ ਤਰੀਕੇ ਨਾਲ, ਕਿਸੇ ਨੇ ਐਡਜਸਟਮੈਂਟ ਆਫ ਸਟੇਟਸ, ਰਿਫਿਊਜੀ, ਫਲਾਨਾ, ਬਹੁਤ ਸਾਰੇ ਕੇਸਿਸ ਜਿਹੜੇ ਇਹਨਾਂ ਦੀ ਕੋਈ ਪੇਚੀਦਗੀਆਂ ਹੁੰਦੀਆਂ, ਉਹ ਅਮਨਦੀਪ ਸਿੰਘ ਹੈਂਡਲ ਕਰਦੇ ਹੈ। ਬੇਸਿਕਲੀ ਲੈਟ ਮੀ ਐਕਸਪਲੇਨ, ਅਸੀਂ ਇੱਥੇ ਮਤਲਬ ਲਾਅ ਆਫਿਸ ਹੈਗਾ ਬਰਕਲੀ ਦੇ ਵਿੱਚ। ਬੇਸਿਕਲੀ ਆਲ ਜਿਹੜੇ ਹੈਗੇ ਨੇ ਪਟੀਸ਼ਨਸ ਰਿਲੇਟਡ ਟੂ ਇਮੀਗ੍ਰੇਸ਼ਨ, ਕੋਰਟ ਕੇਸਿਸ, ਅਪੀਲਸ, 9th ਸਰਕਟ, ਵੀ ਡੀਲ ਵਿਦ ਐਵਰੀਥਿੰਗ, ਐਨੀ ਟਾਈਪ ਆਫ ਇਮੀਗ੍ਰੇਸ਼ਨ ਮੈਟਰ ਵੀ ਡੀਲ ਵਿਦ ਫਰੋਮ ਲਾਸਟ 20 ਇਅਰਸ। ਲਾਸਟ 20 ਇਅਰਸ ਤੇ ਆਪਣਾ ਤੁਸੀਂ ਹੋ ਇਨ ਸੈਨ ਫ੍ਰਾਂਸਿਸਕੋ ਏਰੀਆ, ਬਰਕਲੀ, ਕੈਲੀਫੋਰਨੀਆ। ਸੋ ਅਮਨਦੀਪ ਸਿੰਘ, ਤੁਸੀਂ ਮੇਰੇ ਕੋਲ ਮੈਨੂੰ ਕੋਈ ਸਵਾਲ ਪੁੱਛ ਰਹੇ ਸੀ ਕਿ ਵੀ ਜਿਹੜੇ ਕੈਲੀਫੋਰਨੀਆ ਜਾਂ ਅਮਰੀਕਾ ਜਿਹੜੇ ਆਲਰੇਡੀ ਅਸਾਈਲੀ ਹੈ, ਅਸਾਈਲੀ ਪੈਂਡਿੰਗ ਹੈ ਜਾਂ ਅਨਡਾਕੂਮੈਂਟਡ ਹੈ, ਜਿਹਨਾਂ ਦਾ ਸਟੇਟਸ ਕਲੀਅਰ ਨਹੀਂ ਹੈ, ਉਹਨਾਂ ਦੇ ਬਾਰੇ ਪੁੱਛ ਰਹੇ ਸੀ ਉਹਨਾਂ ਨੇ ਕੈਨੇਡਾ ਕਿੱਦਾਂ ਕਲੀਅਰ ਕਰਨਾ ਹੈ, ਕਿੱਦਾਂ ਅਪਲਾਈ ਕਰਨਾ ਹੈ। ਜ਼ਰੂਰ ਬਿਲਕੁਲ, ਤੁਸੀਂ ਸਹੀ ਗੱਲ ਕਹੀ ਹੈਗੀ ਹੈ ਕਿ ਜਿਹੜੇ ਵੀ ਲੋਕ ਇੱਥੇ ਯੂ ਐਸ ਦੇ ਵਿੱਚ ਨੇ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਨਹੀਂ ਥਰੂ ਹੋਈਆਂ ਜਾਂ ਅਪਰੂਵ ਨਹੀਂ ਹੋਈਆਂ ਜਾਂ ਅਨਸਰਟਨਿਟੀ ਹੈਗੀ ਹੈ H1 ਵੀਜ਼ਾਸ ਵਗੈਰਾ ਵਾਸਤੇ, ਅਤੇ ਉਹਨਾਂ ਵਾਸਤੇ ਅਲਟੀਮੇਟਲੀ ਕੀ ਆਪਸ਼ਨਸ ਹੈਗੀਆਂ ਨੇ, ਕਾਇਦਾ ਕਾਨੂੰਨ ਕੀ ਕਹਿੰਦਾ ਹੈਗਾ ਅਤੇ ਕਿਸ ਤਰੀਕੇ ਦੇ ਨਾਲ ਉਹ ਸਹੀ ਤਰੀਕੇ ਨਾਲ ਉਹ ਆਪਣਾ ਆਪਸ਼ਨ ਐਕਸਪਲੋਰ ਕਰ ਸਕਦੇ ਨੇ, ਕਿਉਂਕਿ ਕਾਫੀ ਜ਼ਿਆਦਾ ਪੇਚੀਦਾ ਅਤੇ ਗੁੰਝਲਦਾਰ ਹੈਗਾ ਮਸਲਾ। ਕਈ ਵਾਰਾਂ ਜਦੋਂ ਕਿਸੇ ਦੀ ਸਿਚੁਏਸ਼ਨ ਹੁੰਦੀ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਨਾ। ਉਸ ਸੰਬੰਧ ਦੇ ਵਿੱਚ ਜਿੰਨਾ ਮੈਂ ਤੁਹਾਨੂੰ ਜਾਣਦਾ 20-25 ਸਾਲ ਤੋਂ, ਤੁਹਾਡੀ ਡੂੰਘਾਈ, ਤੁਹਾਡੀ ਸੋਚ, ਤੁਹਾਡਾ ਪੈਸ਼ਨ ਲੋਕਾਂ ਨੂੰ ਸਹੀ ਡਾਇਰੈਕਸ਼ਨ ਦੇਣਾ, ਮੇਰਾ ਖਿਆਲ ਸਾਡੀ ਅੱਜ ਦੀ ਇਸ ਵੀਡੀਓ ਦਾ ਉਦੇਸ਼ ਵੀ ਇਹੀ ਹੈਗਾ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਮਤਲਬ ਜੋ ਕੁਛ ਸਾਨੂੰ ਪਤਾ ਹੈਗਾ ਉਹਨਾਂ ਨੂੰ ਦੱਸ ਸਕਦੇ ਹਾਂ ਤਾਂ ਕਿ ਉਹ ਮਤਲਬ ਆਪਣਾ ਇਨਫੋਰਮ ਡਿਸੀਜ਼ਨ ਲੈ ਸਕੇ। ਤੁਹਾਡਾ ਟਾਈਮ ਹੈ, ਤੁਸੀਂ ਦੱਸੋ ਇਹਦੇ ਸੰਬੰਧ ਦੇ ਵਿੱਚ, ਮਤਲਬ ਜੋ ਅਮਰੀਕਾ, ਕੈਨੇਡਾ ਦੋਨੋਂ ਵੱਖ ਵੱਖਰੇ ਮੁਲਕ ਨੇ, ਦੋਨੇ ਜਗ੍ਹਾ 'ਤੇ ਬਹੁਤ ਲੋਕ ਵਰਲਡ ਵਾਈਡ ਆ ਰਹੇ ਨੇ ਮਾਈਗ੍ਰੇਟ ਕਰਕੇ, ਅਤੇ ਪਰ ਆਪਾਂ ਫੋਕਸ ਸਿਰਫ ਇਸੇ ਗੱਲ 'ਤੇ ਕਰ ਰਹੇ ਹਾਂ ਕਿ ਜਿਹੜੇ ਯੂ ਐਸ ਦੇ ਵਿੱਚੋਂ ਲੋਕ ਕੈਨੇਡਾ ਜਾਣ ਬਾਰੇ ਸੋਚਦੇ ਨੇ ਉਹਦੇ ਸੰਬੰਧ ਵਿੱਚ ਕਾਇਦਾ ਕਾਨੂੰਨ ਕੀ ਕਹਿੰਦਾ ਅਤੇ ਤੁਹਾਡਾ ਨਜ਼ਰੀਆ ਕੀ ਹੈਗਾ ਉਸਦੇ ਉੱਪਰ। ਜਿੰਨੇ ਵੀ ਲੋਕ ਕੈਨੇਡਾ ਤੋਂ PR ਦੀ ਆਸ ਕਰਦੇ ਹੈ, ਜਾਂ ਤਾਂ ਉਹ ਪੁਆਇੰਟ ਸਿਸਟਮ ਹੈ ਜਾਂ ਤਾਂ ਥਰੂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ, ਇਹ ਜਿਹੜੇ ਮੇਨ ਦੋ ਚੈਨਲ ਅਪਲਾਈ ਕਰਨ ਲਈ ਹੈ। ਹੁਣ ਅਮੈਰੀਕਾ ਜਿਹੜੇ ਆਲਰੇਡੀ ਅਨਡਾਕੂਮੈਂਟਡ ਮੀਨਸ ਜਿਹਨਾਂ ਕੋਲ ਗ੍ਰੀਨ ਕਾਰਡ ਨਹੀਂ ਹੈ, ਜਿਹਨਾਂ ਕੋਲ ਵਰਕ ਪਰਮਿਟ ਪੈਂਡਿੰਗ ਹੈ, ਉਹਨਾਂ ਦਾ ਐਡਜਸਟਮੈਂਟ ਸਟੇਟਸ ਨਹੀਂ ਹੋ ਰਿਹਾ, ਸਭ ਤੋਂ ਵੱਡਾ ਸਵਾਲ ਲੋਕ ਇਹੀ ਪੁੱਛਦੇ ਹੈ ਮੈਨੂੰ ਕਿ ਅਸੀਂ ਕੈਲੀਫੋਰਨੀਆ ਤੋਂ, ਅਸੀਂ ਅਮੈਰੀਕਾ ਤੋਂ ਅਪਲਾਈ ਕਰ ਸਕਦੇ ਹਾਂ ਨਹੀਂ ਕਰ ਸਕਦੇ, ਉਹਦੇ ਬਾਰੇ ਕਾਨੂੰਨ ਕੀ ਕਹਿ ਰਿਹਾ, ਉਹ ਕਾਨੂੰਨ ਮੈਂ ਇੱਕ ਸੈਕਸ਼ਨ ਆਫ ਲਾਅ ਤੁਹਾਨੂੰ ਪੜ੍ਹ ਕੇ ਮੈਂ ਦੱਸਾਂਗਾ। ਜਿਹੜੇ ਇਮੀਗ੍ਰੇਸ਼ਨ ਦੇ ਜਾਣਕਾਰ ਹੈ ਉਹਨਾਂ ਨੂੰ ਪਤਾ ਹੈ ਇਸ ਬਾਰੇ, ਜੇ ਨਹੀਂ ਪਤਾ ਤਾਂ ਤੁਸੀਂ ਗੂਗਲ 'ਤੇ ਸਰਚ ਕਰਕੇ ਵੀ ਇਹਨੂੰ ਲੈ ਸਕਦੇ ਹੋ। ਅਤੇ ਮੈਂ ਕੋਟ ਕਰਾਂਗਾ, ਇੱਕ ਇਮੀਗ੍ਰੇਸ਼ਨ ਪ੍ਰੈਕਟੀਸ਼ਨਰ ਹੈਂਡਬੁੱਕ ਹੈ, ਕੈਨੇਡਾ ਦੀ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਬਾਈਬਲ ਹੈ, ਇਹਦੇ ਵਿੱਚ ਸਾਰੇ ਸੈਕਸ਼ਨ ਆਫ ਲਾਅ ਦਿੱਤੇ ਹੋਏ ਹੈ। ਸੋ ਸਵਾਲ ਇਹ ਹੈ ਕਿ ਵੀ ਫਰਜ਼ ਕਰੋ ਕੋਈ ਅਗਰ ਅਸਾਈਲੀ ਪੈਂਡਿੰਗ ਹੈ, ਅਮੈਰੀਕਾ ਰਹਿ ਰਿਹਾ 5-10 ਸਾਲ ਤੋਂ, ਉਹਦੇ ਕੋਲ ਪਾਸਪੋਰਟ ਹੈ ਜਾਂ ਪਾਸਪੋਰਟ ਵੀ ਨਹੀਂ ਹੈ, ਚਲੋ ਲੈਟਸ ਅਸਿਊਮ ਕਿ ਪਾਸਪੋਰਟ ਵੀ ਨਹੀਂ ਹੈ ਪਰ ਅਸਾਈਲਮ ਪੈਂਡਿੰਗ ਹੈ, ਅਗਰ ਉਹਨਾਂ ਨੂੰ ਕੋਈ ਜੋਬ ਆਫਰ ਮਿਲਦੀ ਹੈ, ਟਰੱਕ ਦੀ ਜੋਬ ਆਫਰ ਜਾਂ ਕਿਸੇ ਹੋਰ ਜੋਬ ਆਫਰ ਮਿਲਦੀ ਹੈ, ਕਿਆ ਉਹ ਕੈਲੀਫੋਰਨੀਆ ਤੋਂ ਡਾਇਰੈਕਟਲੀ ਵਰਕ ਪਰਮਿਟ ਅਪਲਾਈ ਕਰਕੇ ਉਹ ਕੈਨੇਡਾ ਨੂੰ ਆ ਸਕਦਾ ਹੈ ਕਿ ਨਹੀਂ ਹੈ, ਉਹਦੇ ਬਾਰੇ ਕਾਨੂੰਨ ਕੀ ਕਹਿ ਰਿਹਾ। ਅਤੇ ਮੈਂ ਸੈਕਸ਼ਨ ਖੋਲਿਆ, ਮੈਂ ਦੱਸਦਾ ਕਿ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ ਹੈ, ਐਕਟ ਨਹੀਂ ਹੈ।
ਰੈਗੂਲੇਸ਼ਨ ਅਗਰ ਤੁਸੀਂ ਟਾਈਪ ਕਰ ਲਓਗੇ ਆਈ ਆਰ ਪੀ ਆਰ ਟਾਈਪ ਕਰੋ ਗੂਗਲ 'ਤੇ ਅਤੇ ਜਾਓ ਸੈਕਸ਼ਨ 11-2A, ਉੱਥੇ ਜਾ ਕੇ ਤੁਸੀਂ ਇਹਦੇ ਬਾਰੇ ਤੁਸੀਂ ਗਾਈਡੈਂਸ ਦੇਖ ਸਕਦੇ ਹੋ ਕਿ ਵੀ ਉਹ ਐਪਲੀਕੇਟ ਕੈਲੀਫੋਰਨੀਆ ਤੋਂ ਅਪਲਾਈ ਕਰੇਗਾ ਜਾਂ ਇੰਡੀਆ ਤੋਂ ਅਪਲਾਈ ਕਰੇਗਾ। ਸੋ ਦੈਟ ਇਜ਼ ਦ ਮੇਨ ਮੇਨ ਡਿਸਟਿੰਕਸ਼ਨ। ਸੈਕਸ਼ਨ ਇਹ ਕਹਿ ਰਿਹਾ ਕਿ ਅਗਰ ਤੁਸੀਂ ਐਟਲੀਸਟ ਜੇ ਅਗਰ ਇਸ ਵਕਤ ਵੀ ਤੁਸੀਂ ਅਗਰ ਲੀਗਲੀ ਨਹੀਂ ਹੋ ਲੇਕਿਨ ਇੱਕ ਸਾਲ ਤੋਂ ਆਲਰੇਡੀ ਅਗਰ ਆਏ ਹੋਏ ਹੋ, 1 year, ਰਿਮੈਂਬਰ 12 months, ਅਗਰ ਇੱਕ ਸਾਲ ਦਾ ਤੁਹਾਡਾ ਲੀਗਲ ਪ੍ਰੈਜੈਂਸ ਹੈ ਅਮੈਰੀਕਾ ਤਾਂ ਤੁਸੀਂ ਅਮੈਰੀਕਾ ਤੋਂ ਆਪਣੀ ਫਾਈਲ ਲਵਾ ਸਕਦੇ ਹੋ। ਤਾਂ ਮਤਲਬ ਜ਼ਰੂਰੀ ਕਿ ਵੀਜ਼ਾ ਮਿਲੇਗਾ ਕਿਉਂਕਿ ਵਰਕ ਪਰਮਿਟ ਲਈ ਫਿਰ ਵੀਜ਼ਾ ਆਫਿਸਰ ਨੇ ਚੈੱਕ ਕਰਨਾ ਕਿ ਵੀ ਤੁਹਾਡੀ ਇੰਟੈਂਸ਼ਨ ਹੈ ਤੁਸੀਂ ਵਾਪਸ ਜਾਓਗੇ ਕੈਲੀਫੋਰਨੀਆ ਮੁੜੋਗੇ ਇੱਕ ਸਾਲ ਬਾਅਦ ਦੋ ਸਾਲ ਬਾਅਦ ਜਾਂ ਉੱਥੇ ਪੱਕੇ ਹੋ ਗਏ ਜਾਂ ਇੰਡੀਆ ਜਾਓਗੇ, ਵੀ ਡੋਂਟ ਨੋ। ਪਰ ਪੁਆਇੰਟ ਆਫ ਡਿਸਕਸ਼ਨ ਇਜ਼ ਕਿ ਵੀ ਤੁਸੀਂ ਅਪਲਾਈ ਕਿੱਥੋਂ ਕਰਨਾ ਹੈ, ਇੰਡੀਆ ਤੋਂ ਅਪਲਾਈ ਕਰਨਾ ਹੈ ਜਾਂ ਸੈਨ ਫਰਾਂਸਿਸਕੋ ਤੋਂ ਅਪਲਾਈ ਕਰਨਾ ਹੈ ਜਾਂ ਆਨਲਾਈਨ ਅਪਲਾਈ ਕਰਨਾ ਕਿੱਥੋਂ ਕਰਨਾ ਹੈ। ਅਤੇ ਲਾਅ ਕਹਿ ਰਿਹਾ ਹੈ ਕਿ ਪਲੇਸ ਆਫ ਐਪਲੀਕੇਸ਼ਨ ਫੋਰ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਵਰਕ ਪਰਮਿਟ, ਤੁਸੀਂ ਜਿੱਥੇ ਆਲਰੇਡੀ ਹੋ ਯੂ ਮਸਟ ਬੀ ਲੋਫੁਲੀ ਐਡਮਿਟਿਡ। ਲੋਫੁਲੀ ਐਡਮਿਟਿਡ ਦਾ ਮਤਲਬ ਕਿ ਫਰਜ਼ ਕਰੋ ਕੋਈ ਟੂਰਿਸਟ ਵੀਜ਼ਾ 'ਤੇ ਇੱਥੇ ਅਮੈਰੀਕਾ ਆਇਆ, ਇੱਕ ਸਾਲ ਬਾਅਦ ਫਿਰ ਓਵਰਸਟੇ ਹੋ ਗਿਆ, ਦੋ ਸਾਲ ਬਾਅਦ ਫਿਰ ਓਵਰਸਟੇ ਹੋ ਗਿਆ, ਅਤੇ ਉਹ ਫਿਰ ਡੈਫੀਨੇਟਲੀ ਈਵਨ ਦੋ ਅਸਾਈਲਮ ਪੈਂਡਿੰਗ ਹੈ ਫਿਰ ਈਵਨ ਦੋ ਹੀ ਕੈਨ ਸਟਿਲ ਅਪਲਾਈ। ਲੇਕਿਨ ਅਗਰ ਕੋਈ ਆਲਰੇਡੀ ਹੀ ਵਿਦਾਊਟ ਇੰਸਪੈਕਸ਼ਨ ਜਿਹਦੀ ਐਂਟਰੀ ਹੈ ਉਹ ਅਪਲਾਈ ਨਹੀਂ ਕਰ ਸਕਦਾ, ਨੰਬਰ 1। ਇਹ ਥੋੜ੍ਹਾ ਜਿਹਾ ਖੁਲਾਸਾ ਕਰਦੇ ਹਾਂ, ਕਲੀਅਰ ਆ ਗਿਆ ਸ਼ਾਇਦ? ਹਾਂਜੀ ਬਿਲਕੁਲ ਬਿਲਕੁਲ। ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਜਿਹੜੇ ਇਲੀਗਲ ਨੇ ਅਤੇ ਲੀਗਲ ਨੇ, ਇਹਦੇ ਵਿੱਚ ਮਤਲਬ ਮੇਨ ਪੁਆਇੰਟ ਉਹਨਾਂ ਦਾ ਇਹ ਹੈਗਾ ਵੀ ਉਹ ਐਂਟਰ ਕਿਸ ਤਰੀਕੇ ਨਾਲ ਹੋਏ ਨੇ ਅਮਰੀਕਾ ਦੇ ਵਿੱਚ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜੋ ਕਿ ਅੱਜ ਕੱਲ੍ਹ ਬੜਾ ਖਬਰਾਂ ਦੇ ਵਿੱਚ ਹੈਗਾ, ਬਾਰਡਰ ਦੀ ਵਾਲ ਦੀ ਗੱਲ ਚੱਲ ਰਹੀ ਹੈ, ਬਹੁਤ ਲੋਕ ਅਸੀਂ ਹਰ ਰੋਜ਼ ਡੀਲ ਕਰਦੇ ਹਾਂ, ਹਜ਼ਾਰਾਂ ਦੇ ਵਿੱਚ ਪੰਜਾਬੀ, ਗੁਜਰਾਤੀ, ਬੰਗਾਲੀ ਕਮਿਊਨਿਟੀਜ਼ ਹੈਗੀਆਂ ਨੇ ਜਿਹੜੀਆਂ ਇੰਡੀਆ ਤੋਂ ਆ ਰਹੀਆਂ ਨੇ ਯੂ ਐੱਸ ਦੇ ਵਿੱਚ। ਪਤਾ ਨਹੀਂ ਉਹਦੀ ਮਤਲਬ ਬੈਕਗਰਾਊਂਡਸ ਕੀ ਹੈਗੀਆਂ ਨੇ, ਪਰ ਮੋਸਟ ਆਫ ਦਾ ਟਾਈਮ ਪੀਪਲ ਆਰ ਸੇਇੰਗ ਬਈ ਅਸੀਂ ਉੱਥੇ ਸੁਰੱਖਿਅਤ ਨਹੀਂ ਹੈਗੇ, ਕੋਈ ਵੀ ਕਾਰਨ ਹੋ ਸਕਦਾ ਉਹਨਾਂ ਦਾ, ਅਤੇ ਉਹ ਫਿਰ ਮਤਲਬ ਬਗੈਰ ਵੀਜ਼ਾ ਕਈ ਵਾਰ ਬਾਰਡਰ ਤੋਂ ਕ੍ਰੋਸ ਕਰਕੇ ਆਉਂਦੇ ਹੈਗੇ ਨੇ। ਫਿਰ ਕੋਰਟ ਦਾ ਪ੍ਰੋਸੈਸ ਹੈਗਾ, ਡਿਊ ਪ੍ਰੋਸੈਸ ਜਿਹਦੇ ਵਿੱਚ ਮਤਲਬ ਅਤੇ ਟੈਲ ਵੀ ਕਿਉਂ ਇੱਥੇ ਆਏ ਨੇ, ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਕਾਰਵਾਈ ਸ਼ੁਰੂ ਹੁੰਦੀ ਹੈ। ਉਹਨਾਂ ਨੂੰ ਕਹਿ ਦਿੰਦੇ ਨੇ ਐਂਟਰਡ ਵਿਦਾਊਟ ਇਮੀਗ੍ਰੇਸ਼ਨ, ਜਿਹੜਾ ਕਿ EWI ਕੈਟੇਗਰੀ ਹੈਗੀ ਹੈ, ਅਤੇ ਉਹਦੇ ਅੰਡਰ ਤੁਸੀਂ ਕਹਿ ਰਹੇ ਹੋ ਕਿ ਉਹ ਮਤਲਬ ਨਹੀਂ ਐਲੀਜੀਬਲ ਹੈਗੇ। ਪਰ ਜਿਹੜੇ ਦੋਜ਼ ਹੂ ਐਂਟਰਡ ਲੀਗਲੀ, ਉਹਦੇ ਵਿੱਚ ਵੀ ਮੇਰੇ ਖਿਆਲ ਕੁਛ ਰਿਸਟ੍ਰਿਕਸ਼ਨਸ ਵਗੈਰਾ ਹੈਗੀਆਂ ਨੇ, ਕਈ ਵਾਰ ਟਾਈਪਸ ਆਫ ਵੀਜ਼ਾਜ਼, J1 ਵੀਜ਼ਾ ਔਰ ਸਮ ਅਦਰ ਵੀਜ਼ਾਜ਼, ਕੁਛ ਮੇਰੇ ਖਿਆਲ ਵੀਜ਼ਾਜ਼ ਹੈਗੇ ਨੇ, ਮੈਜੋਰਟੀ ਆਫ ਦਾ ਵੀਜ਼ਾਜ਼ ਆਰ ਜਿਹੜੇ ਇੱਥੇ ਤੁਹਾਡੀ ਐਂਟਰੀ ਹੈਗੀ ਹੈ, ਤੁਹਾਡਾ ਇੱਥੇ ਲਾਫੁਲ ਸਟੇਟਸ ਸੀਗਾ ਐਂਟਰੀ ਦਾ, ਅਤੇ ਉਸ ਤੋਂ ਬਾਅਦ ਦੇ ਵਿੱਚ ਬੇਸ਼ੱਕ ਦੀ ਐਕਸਪਾਇਰ ਹੋ ਚੁੱਕਾ, ਅਤੇ ਬਟ ਸਟਿਲ ਯੂ ਕੈਨ ਅਪਲਾਈ, ਯੂ ਕੈਨ ਬੀ ਕੰਸੀਡਰਡ ਐਸ ਐਡਮਿਟਿਡ। ਮੈਂ ਦੁਬਾਰਾ ਕਲੀਅਰ ਕਰ ਦਿਆਂ ਕਿ ਅਗਰ ਤੁਸੀਂ ਪ੍ਰੂਫ ਕਰ ਸਕਦੇ ਹੋ ਕਿ ਤੁਹਾਡੀ ਐਂਟਰੀ ਅਮਰੀਕਾ ਲੀਗਲ ਹੈ, ਭਾਵੇਂ ਤੁਹਾਡੇ ਕੋਲ ਇਸ ਵਕਤ ਪੱਕਾ ਸਟੇਟਸ ਨਹੀਂ ਹੈ, ਫਿਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਮਿਨੀਮਮ 12 ਮਹੀਨੇ ਦਾ ਲੀਗਲ ਸਟੇਟਸ ਅਗਰ ਜੇ ਸ਼ੋਅ ਕਰ ਸਕਦੇ ਹੋ, ਯੂ ਕੈਨ ਅਪਲਾਈ। ਸਵਾਲ ਐਕਚੁਅਲੀ ਲੋਕਾਂ ਨੂੰ ਕਨਫਿਊਜ਼ਨ ਇਹ ਹੁੰਦਾ ਕਿ ਐਪਲੀਕੇਸ਼ਨ ਦਾ ਜੁਡੀਕੇਸ਼ਨ ਕਿੱਥੇ ਹੋਏਗਾ। ਜਿਸ ਤਰ੍ਹਾਂ ਵੀਜ਼ਾ ਆਫਿਸਰ ਅਗਰ ਡਿਸਾਈਡ ਕਰੇਗਾ, ਸਪੋਜ਼ ਉਹਨੇ ਇੰਟਰਵਿਊ ਕਰਨਾ ਹੈ, ਸਪੋਜ਼ ਉਹਨੇ ਕੋਈ ਐਗਜ਼ਾਮੀਨੇਸ਼ਨ ਕਰਨਾ ਹੈ ਤੁਹਾਡੀ ਐਪਲੀਕੇਸ਼ਨ ਦਾ, ਸੇ ਵੇਅਰ ਵਿਲ ਦੈਟ ਹੈਪਨ? ਉਹ ਲਾਸ ਏਂਜਲਿਸ ਇੱਕ ਕੌਂਸਲੇਟ ਹੈ, ਉੱਥੇ ਹੋਏਗਾ ਜਾਂ ਦਿੱਲੀ ਐਪਲੀਕੇਸ਼ਨ ਉਹਨਾਂ ਨੇ ਭੇਜ ਦੇਣੀ, ਕਿਉਂਕਿ ਦਿੱਲੀ ਜਾਣ ਨੂੰ ਕੋਈ ਤਿਆਰ ਨਹੀਂ ਹੈ ਜਿਹੜਾ ਆਲਰੇਡੀ ਇਲੀਗਲ ਹੈ। ਸੋ ਅਗਰ ਜੇ ਤੁਸੀਂ ਆਲਰੇਡੀ ਅਗਰ ਤੁਹਾਡੇ ਕੋਲ 12 ਮਹੀਨੇ ਦਾ ਸਟੇ ਨਹੀਂ ਹੈ, ਤਾਂ ਤੁਸੀਂ ਭੁੱਲ ਜਾਓ, ਤੁਸੀਂ ਕੈਨੇਡਾ ਲਈ ਅਪਲਾਈ ਨਹੀਂ ਕਰ ਸਕਦੇ। ਨੋ ਵਰਕ ਪਰਮਿਟ, ਨੋ ਸਟੱਡੀ ਪਰਮਿਟ, ਨੋ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, ਕੋਈ ਅਪਲਾਈ ਕਰਨ ਦਾ ਤੁਸੀਂ ਸੋਚਣਾ ਵੀ ਨਹੀਂ, ਉਹ ਹੋਣਾ ਨਹੀਂ ਹੈ। ਦੂਸਰੀ ਗੱਲ, ਜਿਹੜੇ ਲੋਕ ਆਲਰੇਡੀ ਇੱਥੇ ਅਸਾਲਮ ਬੈਠੇ ਹੈ, ਅਸਾਲਮ ਪੈਂਡਿੰਗ ਹੈ, ਜਾਂ ਕੋਈ ਹੋਰ ਕੋਈ ਐਮਨੈਸਟੀ ਸਕੀਮ ਹੈ 1981 ਵਾਲੀ ਸਕੀਮ 'ਤੇ ਬੈਠੇ ਹੋਏ, ਐਟਲੀਸਟ ਅਗਰ ਉਹਨਾਂ ਕੋਲ ਕੋਈ ਸਕਿੱਲਡ ਜੋਬ ਐਕਸਪੀਰੀਅੰਸ ਹੈ, ਲੈਟ ਸੇ ਕਿ ਦੇ ਆਰ ਵਰਕਿੰਗ ਐਜ ਅ ਸਟੋਰ ਸੁਪਰਵਾਈਜ਼ਰ, ਕੋਈ 7-Eleven ਕੰਮ ਕਰ ਰਿਹਾ ਹੈ, ਕੋਈ ਹੋਰ ਕੋਈ ਈਵਨ ਡਿਸਪੈਚ ਸੁਪਰਵਾਈਜ਼ਰ ਟਰਾਂਸਪੋਰਟੇਸ਼ਨ ਵਿੱਚ ਕੰਮ ਕਰ ਰਿਹਾ, ਕੋਈ ਇਸ ਤਰ੍ਹਾਂ, ਅਗਰ ਤੁਹਾਡੇ ਕੋਲ ਕੋਈ ਸਕਿੱਲਡ ਐਕਸਪੀਰੀਅੰਸ ਹੈ, ਮਿਨੀਮਮ 3 years ਦਾ ਐਕਸਪੀਰੀਅੰਸ ਹੈ, ਏਜ ਤੁਹਾਡੀ ਜ਼ਿਆਦਾ 30-35 ਤੱਕ ਤੁਹਾਡੀ ਏਜ ਹੈ,
ਇੰਗਲਿਸ਼ ਦਾ ਤੁਹਾਡੇ ਕੋਲ ਸਕੋਰ ਹੈ, ਤੁਸੀਂ ਡਾਇਰੈਕਟਲੀ ਉੱਥੋਂ ਹੀ ਪੁਆਇੰਟ ਬੇਸ 'ਤੇ ਐਕਸਪ੍ਰੈਸ ਐਂਟਰੀ ਨੂੰ ਅਪਲਾਈ ਕਰ ਸਕਦੇ ਹੋ। ਕੋਈ ਚੱਕਰ ਨਹੀਂ ਹੈਗਾ, ਕੋਈ ਪ੍ਰੋਬਲਮ ਨਹੀਂ ਹੈ, ਭਾਵੇਂ ਤੁਸੀਂ ਆਲਰੇਡੀ ਇਲੀਗਲ ਹੋ ਜਾਂ ਨਹੀਂ ਹੋ, ਜਾਂ ਈਵਨ ਦੋ ਯੂ ਮੇ ਹੈਵ ਐਂਟਰਡ ਵਿਦਆਊਟ ਇੰਸਪੈਕਸ਼ਨ, ਪਰ ਐਕਸਪ੍ਰੈਸ ਐਂਟਰੀ ਜਿਹੜੀ ਪੀ ਆਰ ਦੀ ਐਪਲੀਕੇਸ਼ਨ ਹੈ ਤੁਸੀਂ ਅਪਲਾਈ ਕਰੋ। ਜੇ ਤੁਹਾਡੇ ਕੋਲ ਅਗਰ ਲੀਗਲ ਵਰਕ ਨਾਓ ਪ੍ਰੋਬਲਮ ਇਸ ਕਿ ਅਗਰ ਤੁਹਾਡੇ ਕੋਲ ਵਰਕ ਪਰਮਿਟ ਨਹੀਂ ਹੈ, ਇੰਪਲੋਇਮੈਂਟ ਆਥੋਰਾਈਜੇਸ਼ਨ ਨਹੀਂ ਹੈ, ਸੋ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਉਹ ਲੀਗਲ ਮੰਨਿਆ ਨਹੀਂ ਜਾਏਗਾ। ਅਗਰ ਤੁਹਾਡੇ ਕੋਲ ਅਗਰ 2 ਸਾਲ 3 ਸਾਲ ਵੀ ਅਗਰ ਲੀਗਲ ਆਥੋਰਾਈਜੇਸ਼ਨ ਵਰਕ EAD ਹੈ, ਤਾਂ ਉਸ ਐਕਸਪੀਰੀਅੰਸ ਨੂੰ ਲੈ ਕੇ ਤੁਸੀਂ ਪੀ ਆਰ ਲਈ ਫਾਈਲ ਕਰ ਸਕਦੇ ਹੋ, ਭਾਵੇਂ PNP ਕਰੋ ਜਾਂ ਡਾਇਰੈਕਟਲੀ ਫੈਡਰਲ ਐਕਸਪ੍ਰੈਸ ਐਂਟਰੀ ਕਰੋ, ਉਹ ਫਾਈਲ ਤੁਹਾਡੀ ਲੱਗ ਜਾਏਗੀ। ਇਟ ਡਜ਼ ਨੋਟ ਮੈਟਰ ਕਿ ਫਾਈਲ ਤੁਹਾਡੀ ਉੱਥੇ ਲੋਸ ਏਂਜਲਸ ਪ੍ਰੋਸੈਸ ਹੋ ਜਾਂ ਦਿੱਲੀ ਪ੍ਰੋਸੈਸ ਹੋ, ਚਾਂਸਿਸ ਆ ਕਿ ਇੰਟਰਵਿਊ ਨਹੀਂ ਆਉਂਦਾ ਐਕਚੁਲੀ ਐਕਸਪ੍ਰੈਸ ਇੰਟਰਵਿਊ ਵਿੱਚ, ਉਹ ਤੁਹਾਨੂੰ ਬਾਈ ਮੇਲ ਹੀ ਤੁਹਾਨੂੰ ਦੱਸ ਦਿੰਦੇ ਕਿ ਯੈਸ ਔਰ ਨੋ। ਸੋ ਲੈਟ ਮੀ ਜਸਟ ਰਿਪੀਟ ਵਨ ਮੋਰ ਟਾਈਮ, ਈਵਨ ਦੋ ਯੂ ਮੇ ਹੈਵ ਐਂਟਰਡ ਵਿਦਆਊਟ ਇੰਸਪੈਕਸ਼ਨ, ਐਟ ਐਸ ਲੋਂਗ ਐਸ ਤੁਹਾਡੇ ਕੋਲ ਵਰਕ ਪਰਮਿਟ ਰਿਹਾ ਹੈ 2-3 ਸਾਲ ਲਈ, ਕਿਉਂਕਿ 3 ਸਾਲ ਅਗਰ ਵਰਕ ਐਕਸਪੀਰੀਅੰਸ ਹੋਗਾ ਤਾਂ ਤੁਹਾਡੇ ਪੁਆਇੰਟਸ ਮੈਕਸਿਮਮ ਹੋਣੇ, ਅਦਰਵਾਈਜ਼ ਪੁਆਇੰਟਸ ਨਹੀਂ ਹੋਣੇ। ਸੋ ਵੀ ਨੀਡ ਕਲੋਜ਼ ਟੂ 3 ਈਅਰਸ ਆਫ ਐਕਸਪੀਰੀਅੰਸ, ਏਜ ਬਿਟਵੀਨ 30 ਐਂਡ 35, ਇੰਗਲਿਸ਼ ਹਾਈ ਚਾਹੀਦੀ ਹੈ, ਇੰਗਲਿਸ਼ ਦੈਟ ਮੀਨਸ IELTS 7 ਐਂਡ ਮੋਰ, ਇਸ ਤਿੰਨੋਂ ਦੇ ਇਲਾਵਾ ਤੁਹਾਨੂੰ ਐਜੂਕੇਸ਼ਨ ਚਾਹੀਦੀ ਹੈ, ਐਟਲੀਸਟ ਅ ਬੈਚਲਰਸ ਡਿਗਰੀ, ਤਾਂ ਤੁਹਾਡੇ ਪੁਆਇੰਟਸ ਬਣਨੇ। ਦਿਸ ਯੂ ਕੈਨ ਡੂ ਇਟ ਔਨ ਦ ਬਿਹਾਫ ਆਫ ਯੋਰ ਸੈਲਫ, ਆਪਣੇ ਬਿਹਾਫ 'ਤੇ ਜਾਂ ਆਪਣੇ ਵਾਈਫ ਦੇ ਬਿਹਾਫ 'ਤੇ ਵੀ ਕਰ ਸਕਦੇ ਹੋ, ਤੁਹਾਡੀ PR ਦੀ ਫਾਈਲ ਉੱਥੇ ਲੱਗ ਜਾਏਗੀ। ਤੁਹਾਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਬਈ ਇਹ ਫਾਈਲ ਕਿੱਥੇ ਐਜੂਡੀਕੇਸ਼ਨ ਹੋਏਗੀ, ਇਹਦਾ ਜਿਹੜਾ ਯੈਸ ਨੋ ਹੋਏਗਾ ਸਾਰਾ ਡਿਸੀਜਨ ਕੈਨੇਡਾ ਹੋਏਗਾ, ਓਟਵਾ ਹੋਏਗਾ, ਫਿਰ ਉਹ ਮੁੜ ਕੇ ਵੈਰੀ ਲਾਈਕਲੀ ਅਨਲੈਸ ਯੂ ਹੈਵ ਸਮ ਪੁਲਿਸ ਪ੍ਰੋਬਲਮ ਆ ਮੈਡੀਕਲ ਪ੍ਰੋਬਲਮ, ਮੁੜ ਕੇ ਉਹ ਕੈਨੇਡੀਅਨ ਕੌਂਸਲੇਟ ਜਿਹੜੀ ਲੋਸ ਏਂਜਲਸ ਹੈ ਉੱਥੇ ਤੁਹਾਨੂੰ ਵੀਜ਼ਾ ਲਈ ਭੇਜ ਦੇਣਗੇ। ਇੱਕ ਬੜੀ ਇੰਪੋਰਟੈਂਟ ਚੀਜ਼ ਇਹ ਹੈ ਕਿ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ, ਜੇਕਰ ਪਾਸਪੋਰਟ ਨਹੀਂ ਹੈ ਫਿਰ ਕੁਛ ਨਹੀਂ ਹੋ ਸਕਦਾ। ਪਾਸਪੋਰਟ ਅਗਰ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਅਗਰ ਵੈਲਿਡ ਹੋਣਾ ਚਾਹੀਦਾ, ਮਿਨੀਮਮ 1 ਸਾਲ ਵੈਲਿਡਿਟੀ ਅਗਰ ਹੋਏਗੀ ਤਾਂ ਕੁਛ ਉਮੀਦ ਹੈ ਕਿ ਵੀ ਉਸ ਦੌਰਾਨ ਅਗਰ ਪ੍ਰੋਸੈਸ ਮੁਕੰਮਲ ਹੋ ਕੇ ਤੁਹਾਨੂੰ ਵੀਜ਼ਾ ਮਿਲ ਜਾਏਗਾ। ਅਗਰ ਪਾਸਪੋਰਟ ਨਹੀਂ ਹੈ ਦੈਨ ਫੋਰਗੇਟ ਅਬਾਊਟ ਇਟ, ਨਥਿੰਗ ਇਜ਼ ਗੋਇੰਗ ਟੂ ਹੈਪਨ। ਹੁਣ ਆਪਾਂ ਗੱਲ ਕਰੀਏ ਜਿੰਨੇ ਵੀ ਲੋਕ, ਜਿਸ ਤਰ੍ਹਾਂ ਜਿਹੜੇ 3 ਕੈਟਗਰੀਆਂ, ਜਿਹੜਾ ਅਸਾਈਲੀ ਪੈਂਡਿੰਗ ਹੈ ਜਿਹਨਾਂ ਦਾ ਇੰਟਰਵਿਊ ਨਹੀਂ ਆਇਆ, ਹੀਅਰਿੰਗ ਨਹੀਂ ਆ ਰਹੀ, ਕਈ ਵਾਰ ਪੋਸਟਪੋਨ ਹੋ ਰਿਹਾ ਕੰਮ, ਹੀਅਰਿੰਗ ਪਤਾ ਨਹੀਂ ਲੱਗ ਰਿਹਾ ਕਿ ਵੀ ਵਾਟਸ ਗੋਇੰਗ ਟੂ ਹੈਪਨ, ਮੇ ਬੀ ਦੇ ਆਨ ਦਾ 9th Circuit, ਜਾਂ ਜਿਹਨਾਂ ਦਾ 1981 ਐਮਨੈਸਟੀ 'ਚ ਜਿਹੜੇ ਕਈ ਸਾਲ ਤੋਂ ਮਤਲਬ ਉਸ ਤਰ੍ਹਾਂ ਵੇਟਿੰਗ ਕਰ ਰਹੇ ਹਾਂ, ਇਹ ਸਾਰੇ ਲੋਕ ਟੂਰਿਸਟ ਵੀਜ਼ਾ ਅਪਲਾਈ ਕਰਦੇ ਹਾਂ, ਇਹਨਾਂ ਨੂੰ ਟੂਰਿਸਟ ਵੀਜ਼ਾ ਨਹੀਂ ਮਿਲਣਾ ਪਹਿਲੀ ਗੱਲ, ਕਿਉਂਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ ਕਿ ਮੁੜ ਕੇ ਵਾਪਸ ਕੈਲੀਫੋਰਨੀਆ ਉਹਨਾਂ ਨੇ ਆਉਣਾ। ਅਗਰ ਕੋਈ ਜੋਬ, ਪ੍ਰੋਫੈਸ਼ਨਲ ਜੋਬ ਆਫਰ ਮਿਲਦਾ ਹੈ, ਲੈਟ ਮੀ ਜਸਟ ਥਿੰਕ ਆਫ ਲਾਈਕ ਕੋਈ ਸਕਿੱਲ ਜੋਬ ਆਫਰ, ਜਿਸ ਤਰ੍ਹਾਂ ਕੋਈ ਆਫਿਸ ਵਿੱਚ ਜੋਬ ਕਰਨਾ ਹੈ, ਕੰਪਿਊਟਰ ਜੋਬ ਕਰਨੀ ਹੈ, ਕੋਈ ਹੋਰ ਕੋਈ ਟਰਾਂਸਪੋਰਟੇਸ਼ਨ ਜਾਂ ਸੁਪਰਵਾਈਜ਼ਰ ਸਮਥਿੰਗ, ਕੋਈ ਅਗਰ ਪ੍ਰੋਫੈਸ਼ਨਲ ਜੋਬ ਮਿਲਦੀ ਹੈ ਤਾਂ ਵਰਕ ਪਰਮਿਟ ਲਈ ਉਹ ਅਪਲਾਈ ਕਰ ਸਕਦੇ ਹਾਂ, ਪਰ ਦੇਰ ਇਜ਼ ਨੋ ਗਾਰੰਟੀ ਕਿ ਤੁਸੀਂ ਆਓਗੇ, ਕਿਉਂਕਿ ਐਟ ਦ ਟਾਈਮ ਆਫ ਵਰਕ ਪਰਮਿਟ ਤੁਸੀਂ ਇਹ ਪ੍ਰੂਵ ਕਰਨਾ ਹੈ ਕਿ ਯੂ ਹੈਵ ਅ ਇੰਟੈਂਟ ਟੂ ਰਿਟਰਨ, ਤੁਸੀਂ ਇੰਟੈਂਸ਼ਨ ਟੂ ਰਿਟਰਨ ਹੋਣੀ ਨਹੀਂ, ਕਿਉਂਕਿ ਤੁਹਾਡੇ ਕੋਲ ਕੋਈ ਰਾਈਟ ਨਹੀਂ ਅਨਲੈਸ ਯੂ ਹੈਵ ਅ ਜਿਹਨੂੰ ਕਹਿੰਦੇ ਆਪਣਾ ਰੀਐਂਟਰੀ ਪਰਮਿਟ, ਜਾਂ ਤੁਹਾਡੇ ਕੋਲ ਰੀਐਂਟਰੀ ਪਰਮਿਟ ਹੋ ਜਾਂ ਤੁਹਾਡੇ ਕੋਲ ਐਡਵਾਂਸ ਪਰ ਹੋ, ਜਦ ਤੱਕ ਤੁਹਾਡੇ ਕੋਲ ਦੋਨੋਂ ਵਿੱਚ ਕੁਛ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ, ਤੁਸੀਂ ਇਹ ਸ਼ੋਅ ਨਹੀਂ ਕਰ ਸਕਦੇ ਕਿ ਤੁਸੀਂ ਮੁੜ ਕੇ ਅਮੈਰੀਕਾ ਆਓਗੇ ਅਤੇ ਇੰਡੀਆ 'ਤੇ ਜਾਓਗੇ ਨਹੀਂ, ਕਿਉਂਕਿ ਇੰਡੀਆ ਤੋਂ ਬਚ ਕੇ ਤੁਸੀਂ ਉੱਧਰ ਆਏ ਹੋ, ਤਾਂ ਫਿਰ ਉਹ ਵੀਜ਼ਾ ਅਫਸਰ ਨੇ ਉਹ ਵਰਕ ਵੀਜ਼ਾ ਤੁਹਾਨੂੰ ਦੇਣਾ ਨਹੀਂ ਹੈ। ਸੋ ਵਨ ਮੋਰ ਟਾਈਮ, ਇਫ ਯੂ ਹੈਵ ਅ ਪ੍ਰੋਫੈਸ਼ਨਲ ਜੋਬ ਯੂ ਕੈਨ ਅਪਲਾਈ ਫੋਰ ਅ ਵਰਕ ਪਰਮਿਟ, ਦੇਰ ਇਜ਼ ਅ ਸਮਾਲ ਚਾਂਸ ਕਿ ਤੁਹਾਡੀ ਐਪਲੀਕੇਸ਼ਨ, ਇਟ ਆਲ ਡਿਪੈਂਡਸ ਔਨ ਦ ਸਕਿੱਲ ਲੈਵਲ ਆਫ ਦ ਜੋਬ। ਅਗਰ ਲੈਵਲ, ਮੇਰੇ ਕੋਲ ਇੱਕ ਕਲਾਇੰਟ ਆਇਆ ਸੀ ਜਿਹਨਾਂ ਦਾ ਐਕਸਪੀਰੀਅੰਸ ਵਾਜ ਇਨ ਦ ਕੰਪਿਊਟਰ ਲਾਈਨ, ਮਤਲਬ ਉਹ ਸੋਫਟਵੇਅਰ ਦਾ ਕੰਮ ਕਰ ਰਹੇ ਸੀ, ਈਵਨ ਦੋ ਹੀ ਵਾਜ ਅਸਾਲਮ ਪੈਂਡਿੰਗ, ਸੋ ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ, ਕਿਉਂਕਿ ਇੱਕ ਬਹੁਤ ਹੀ ਹਾਈ ਲੈਵਲ ਜੋਬ ਸੀ, ਸੋ ਯੂ ਨੋ ਫੋਰ ਸਮ ਰੀਜ਼ਨ ਵੀਜ਼ਾ ਆਫਿਸਰਸ ਹੈਵ ਅ ਡਿਸਕ੍ਰਿਪਸ਼ਨ ਕਿ ਵੀ ਉਹ ਦੇ ਦਿੰਦੇ।
ਬਾਕੀ ਸਟੂਡੈਂਟ ਵੀਜ਼ਾ ਤੁਹਾਡਾ ਲੱਗਣਾ ਨਹੀਂ ਹੈ, ਟੂਰਿਸਟ ਵੀਜ਼ਾ ਮੈਂ ਪਹਿਲਾਂ ਕਹਿ ਚੁੱਕਿਆ ਟੂਰਿਸਟ ਨਹੀਂ ਲੱਗਣਾ। ਹੁਣ ਫਿਰ ਕੀ ਤੁਹਾਡੇ ਕੋਲ ਜਿਹੜੇ ਚੋਇਸ ਇਸ ਤਰ੍ਹਾਂ ਹੀ ਹੈ ਕਿ ਜੇ ਆਲਰੇਡੀ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਜੇਕਰ ਤਿਆਰੀ ਕਰਨੀ ਹੈ ਇਨ ਫਿਊਚਰ ਫੋਰ ਕੈਨੇਡਾ, ਤੁਸੀਂ ਸਕਿੱਲਡ ਜੋਬ ਐਕਸਪੀਰੀਅੰਸ, ਸਕਿੱਲ ਜੋਬ ਐਕਸਪੀਰੀਅੰਸ ਦੀ ਇੱਕ ਡੈਫੀਨੇਸ਼ਨ ਹੈ, ਤੁਸੀਂ ਗੂਗਲ 'ਤੇ ਜਿਹੜੇ ਕੈਨੇਡਾ ਦੀ ਇਮੀਗ੍ਰੇਸ਼ਨ ਵੈਬਸਾਈਟ ਜਾ ਕੇ ਦੇਖ ਲੈਣਾ ਵਟ ਇਜ਼ ਸਕਿੱਲ ਜੋਬ ਐਕਸਪੀਰੀਅੰਸ OANB। ਸਕਿੱਲ ਜੋਬ ਐਕਸਪੀਰੀਅੰਸ ਤੁਸੀਂ ਮਿਨੀਮਮ 1 ਸਾਲ ਤੋਂ ਲੈ ਕੇ 3 ਸਾਲ ਤੱਕ, 3 ਈਅਰਸ ਇਜ਼ ਗੁੱਡ, ਇਹ ਤੁਸੀਂ ਇਕੱਠਾ ਕਰੋ ਆਪਣਾ, ਕੰਸੋਲੀਡੇਟ ਕਰੋ ਵਿਦ ਆਲ ਦਾ ਸਪੇਸ ਆਫ ਸਾਰੇ ਜਿਹੜੇ ਟੈਕਸ ਰਿਟਰਨ। ਸੋ ਇੰਗਲਿਸ਼ ਦਾ ਐਗਜ਼ਾਮੀਨੇਸ਼ਨ ਲਓ ਅਤੇ ਪੁਆਇੰਟਸ ਬੇਸ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਜੋਬ ਆਫਰ ਮਿਲਦੀ ਹੈ ਕਿਸੇ ਪ੍ਰੋਵਿੰਸ ਤੋਂ ਤਾਂ PNP ਦਾ ਵੀ ਇੱਕ ਸਿਸਟਮ ਚੱਲ ਸਕਦਾ ਹੈ। PR ਦੀ ਐਪਲੀਕੇਸ਼ਨ ਲਈ ਕੋਈ ਦਿੱਕਤ ਨਹੀਂ ਹੈ, ਤੁਹਾਡੇ ਜਿਹੜੇ ਇੰਟੈਂਸ਼ਨ ਸ਼ੋ ਕਰਨਾ, ਕਿਉਂਕਿ PR ਤਾਂ PR ਹੀ ਹੈ। ਬਾਕੀ ਜਿਹੜੇ ਨੋਨ ਇਮੀਗ੍ਰੈਂਟ ਕੈਟੇਗਰੀਜ਼ ਹੈ, ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ ਐਂਡ ਵਰਕ ਵੀਜ਼ਾ, ਉਹਦੇ ਵਿੱਚ ਪ੍ਰੋਬਲਮ ਹੋ ਸਕਦੀ। ਹਾਂ, ਵਰਕ ਵੀਜ਼ਾ ਹੈਵ ਅ ਹਾਈ ਲੈਵਲ ਜੋਬ, ਦੈਨ ਅ ਗੁੱਡ ਪਾਸਿਬਿਲਟੀ ਕਿ ਤੁਹਾਨੂੰ ਵੀਜ਼ਾ, ਵਰਕ ਵੀਜ਼ਾ ਮਿਲ ਵੀ ਜਾਏਗਾ। ਠੀਕ ਹੈ। ਬਾਕੀ ਰੈਗੂਲੇਸ਼ਨ ਦਾ ਨਾਮ ਇੱਕ ਵਾਰ ਦੁਬਾਰਾ ਤੋਂ ਮੈਂ ਦੱਸ ਦਿਆਂ, ਇਮੀਗ੍ਰੇਸ਼ਨ ਰੈਫਿਊਜੀ ਐਂਡ ਪ੍ਰੋਟੈਕਸ਼ਨ ਰੈਗੂਲੇਸ਼ਨ, ਆਈ ਗੂਗਲ 'ਤੇ ਟਾਈਪ ਕਰੋ ਤੁਸੀਂ, ਹੌਲੀ ਹੌਲੀ ਮੈਂ ਬੋਲਾਂਗਾ, IRPR ਟਾਈਪ ਕਰੋਗੇ ਐਂਡ ਗੋ ਟੂ ਸੈਕਸ਼ਨ 11(1) and 11(2), ਉੱਥੇ ਜਾ ਕੇ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਕਿ ਬਈ ਕਿ ਮੇਰੀ ਐਪਲੀਕੇਸ਼ਨ ਦੀ ਜਿਹੜੀ ਇਸ ਕਾਲ ਪਲੇਸ ਆਫ ਐਪਲੀਕੇਸ਼ਨ, ਮੈਂ ਅਪਲਾਈ ਕਿੱਥੋਂ ਕਰਾਂਗਾ, ਜਿੱਥੇ ਮੈਂ ਅੱਜ ਕੱਲ੍ਹ ਰਹਿ ਰਿਹਾ ਜਾਂ ਉੱਥੇ ਜਾਂ ਨੈਸ਼ਨੈਲਿਟੀ ਵਾਲੀ ਜਗ੍ਹਾ 'ਤੇ, ਨੈਸ਼ਨੈਲਿਟੀ ਵਾਲੀ ਜਗ੍ਹਾ 'ਤੇ ਕਰ ਹੀ ਸਕਦੇ ਹਾਂ। ਲੇਕਿਨ ਕਈ ਲੋਕ ਇਸ ਤਰ੍ਹਾਂ, ਹੁਣ ਇਮੈਜਿਨ ਕਰੋ ਜਿਹੜੇ ਰੈਫਿਊਜੀ ਆਏ ਆ, ਜਿਹੜੇ ਸੀਰੀਆ ਤੋਂ ਰੈਫਿਊਜੀ ਆ, ਹੋਰ ਕੰਟਰੀ ਤੋਂ, ਜਿਹਨਾਂ ਕੋਲ ਪਾਸਪੋਰਟ ਨਹੀਂ ਹੈ, ਕਈ ਵਾਰ ਜਿਹੜੇ ਪਹਿਲਾਂ ਹੁੰਦੇ ਸੀ ਪੈਲਸਟੀਨੀਅਨ ਰੈਫਿਊਜੀ, ਜਿਹੜੇ ਕਿਸੇ ਹੋਰ ਥਰਡ ਕੰਟਰੀ 'ਚ ਰਹਿ ਰਹੇ, ਉਹਨਾਂ ਕੋਲ ਉਸ ਕੰਟਰੀ ਦੇ ਕੋਈ ਡਾਕੂਮੈਂਟੇਸ਼ਨ ਨਹੀਂ ਹੈ ਜਾਂ ਕੁਝ ਹੋਰ ਕੋਈ ਜ਼ਰੀਆ ਨਹੀਂ ਹੈ ਕਿ PR ਸ਼ੋਅ ਕਰਨ ਦਾ ਉਸ ਕੰਟਰੀ ਦਾ, ਵੇਅਰ ਵਿਲ ਦੇ ਅਪਲਾਈ ਫਰੋਮ। ਸੋ ਦਾ ਲਾਅ ਇਜ਼ ਵੈਰੀ ਕਲੀਅਰ, ਅਗਰ ਉਸ ਤਰ੍ਹਾਂ ਦੇ ਰੈਫਿਊਜੀਜ਼ ਹੈ ਤਾਂ ਰੈਫਿਊਜੀ ਉਸੇ ਇਸ ਜਗ੍ਹਾ ਅਪਲਾਈ ਕਰ ਸਕਦੇ ਹੈ, ਅਤੇ ਉਹਨਾਂ ਨੂੰ ਕੋਈ ਹੋਰ ਮਿਨੀਮਮ ਰੈਜ਼ੀਡੈਂਸ ਰਿਕੁਆਇਰਮੈਂਟ ਨਹੀਂ ਹੈ। ਬਟ ਅਦਰਵਾਈਜ਼ ਦ ਮਿਨੀਮਮ ਰੈਜ਼ੀਡੈਂਸ ਰਿਕੁਆਇਰਮੈਂਟ ਇਜ਼ ਲਿਸਟਡ ਇਨ ਦ ਰੈਗੂਲੇਸ਼ਨ ਵੈਰੀ ਕਲੀਅਰਲੀ। 1 ਈਅਰ 12 ਮਹੀਨੇ ਦੀ ਤੁਹਾਡੇ ਕੋਲ ਲੀਗਲ ਸਟੇਅ ਹੈ, ਤੁਸੀਂ ਉਸ ਜਗ੍ਹਾ ਤੋਂ ਅਪਲਾਈ ਕਰ ਸਕਦੇ। ਠੀਕ ਹੈ ਕਈ ਵਾਰ ਇਹ ਸਵਾਲ ਐਕਚੁਅਲੀ ਮੈਨੂੰ ਯੂਰਪ ਵਾਲੇ ਵੀ ਪੁੱਛਦੇ ਹੈ, ਕਿਉਂਕਿ ਇਮੈਜਿਨ ਕਰੋ, ਲੈਟਸ ਸੇ ਕਿ ਤੁਸੀਂ ਸਾਈਪ੍ਰਸ ਜਾਂ ਪੁਰਤਗਾਲ ਜਾਂ ਕੋਈ ਗ੍ਰੀਸ ਕੋਈ ਇੰਡੀਆ ਤੋਂ ਆਏ, ਉੱਥੇ ਆ ਕੇ ਤੁਹਾਡਾ ਪਾਸਪੋਰਟ ਐਕਸਪਾਇਰ ਕਰ ਗਿਆ ਜਾਂ ਸਟੇ ਐਕਸਪਾਇਰ ਕਰ ਗਈ, 6 ਮਹੀਨੇ ਐਕਸਪਾਇਰ ਕਰ ਗਏ, ਜਾਂ UK ਵੀ ਕਈ ਜਿਹੜੇ ਸਟੂਡੈਂਟ ਆਏ ਆ ਜਿਹੜੇ ਆਲਰੇਡੀ ਓਵਰ ਸਟੇ ਕਰਕੇ, ਮਤਲਬ ਕਈ ਅਨਡਾਕੂਮੈਂਟ ਤਰੀਕੇ ਨਾਲ ਰਹਿ ਰਹੇ ਹੈ, ਉਹ ਫਿਰ ਉਹ ਸਵਾਲ ਪੁੱਛਦੇ ਹੈ ਕਿ ਵੀ ਅਸੀਂ ਅਪਲਾਈ ਕਰਨਾ ਹੈ ਕੈਨੇਡਾ ਆਉਣ ਲਈ, ਸਾਡੀ ਐਪਲੀਕੇਸ਼ਨ ਲੰਡਨ ਪ੍ਰੋਸੈਸ ਹੋ ਗਈ, ਕਿਉਂਕਿ ਅਸੀਂ ਦਿੱਲੀ ਨਹੀਂ ਪਸੰਦ ਕਰਦੇ ਕਿ ਦਿੱਲੀ ਵਾਪਸ ਜਾਣਾ ਪਏ, ਕਿ ਉੱਥੋਂ ਹੀ ਹੋ ਸਕਦੀ। ਮਾਈ ਆਨਸਰ ਇਜ਼ ਅਗੇਨ, ਇਫ ਯੂ ਕੈਨ ਪਰੂਵ ਕਿ ਤੁਹਾਡੇ ਕੋਲ ਮਿਨੀਮਮ 12 ਮਹੀਨੇ ਦਾ ਸਟੇ ਹੈ, ਯੂ ਕੈਨ ਅਪਲਾਈ ਫਰੋਮ ਫਿਜ਼ੀਕਲੀ ਫਰੋਮ ਲੰਡਨ ਆਲਸੋ। ਠੀਕ, ਚਲੋ ਮੇਰੇ ਖਿਆਲ ਇਹ ਫੇਜ਼ 1 ਸੀਗਾ, ਅਤੇ ਅਗਲੀ ਫਿਰ ਮੇ ਬੀ ਇਨ ਦਾ ਸੈਕਿੰਡ ਫੇਜ਼ ਵੀ ਕੈਨ ਟਾਕ ਅਬਾਊਟ ਜਿਹੜੀਆਂ ਦੋਨੋਂ ਕੰਟਰੀਜ਼ ਦੀਆਂ ਕੁਛ ਕਾਮਨ ਗਰਾਊਂਡਸ ਹੈਗੀਆਂ ਨੇ, ਜੇ ਇੱਕ ਜਗ੍ਹਾ ਐਪਲੀਕੇਸ਼ਨ ਉਹਦੀ ਐਗਜ਼ਾਸਟ ਹੋ ਗਿਆ, ਵੈਦਰ ਦੇਰ ਇਜ਼ ਅ ਫਿਜ਼ੀਬਿਲਿਟੀ ਟੂ ਪ੍ਰੋਸੈਸ ਇਨ ਅਦਰ ਕੰਟਰੀ, ਵੀ ਕੈਨ ਡਿਸਕਸ ਦੈਟ ਇਨ ਦ ਨੈਕਸਟ ਮੀਟਿੰਗ। ਅਤੇ ਮੇਰੇ ਖਿਆਲ ਅੱਜ ਦੀ ਜੋ ਤੁਸੀਂ ਗੱਲਬਾਤ ਕੀਤੀ ਹੈ, ਮਤਲਬ ਵੈਰੀ ਕਲੀਅਰ ਬਈ ਤੁਹਾਡੇ 'ਤੇ ਕੋਈ ਬਾਹਰ ਨਹੀਂ ਹੈਗੀ, ਜੇ ਤੁਸੀਂ ਲੀਗਲੀ ਇੰਟਰ ਹੋਏ ਹੋ, ਬੇਸ਼ੱਕ ਵੀ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ, ਤੁਹਾਡਾ ਪ੍ਰੋਸੈਸ ਐਗਜ਼ਾਸਟ ਹੋ ਗਿਆ, ਮਤਲਬ ਸਟਿਲ ਤੁਹਾਡੇ ਕੋਲ ਰਾਈਟ ਹੈਗਾ ਟੂ ਅਪਲਾਈ। ਅਤੇ ਮੇਰੇ ਖਿਆਲ ਇਹਦੇ ਨਾਲ ਹੀ ਤੁਹਾਡੇ ਫਤਿਹ ਬੁਲਾਉਣੇ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਵਾਸਤੇ। ਥੈਂਕ ਯੂ ਵੈਰੀ ਮੱਚ, ਥੈਂਕ ਯੂ, ਟੇਕ ਕੇਅਰ। ਬਾਏ।